ਜਿੱਥੇ ਦਿਨ ਪ੍ਰਤੀ ਦਿਨ ਗਰਮੀ ਵਿੱਚ ਵਾਧਾ ਹੋ ਰਿਹਾ ਉੱਥੇ ਹੀ ਪੰਜਾਬ ਸਰਕਾਰ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰਕੇ ਤੇ ਬਿਜਲੀ ਤੇ ਕੱਟ ਲਾ ਕੇ ਪੰਜਾਬ ਦੇ ਲੋਕਾਂ ਤੇ ਵਪਾਰੀਆਂ ਦਾ ਪਾਰਾ ਵਧਾ ਰਹੀ ਹੈ। ਇਸ ਕਾਰਨ ਲੁਧਿਆਣਾ ਦੇ ਵਪਾਰੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਬੋਰਡ ਹੱਥਾਂ ਵਿੱਚ ਫੜ ਕੇ ਤੇ ਮੀਟਰ ਗਲਾਂ ਵਿੱਚ ਪਾ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਵਪਾਰੀਆਂ ਤੇ ਅਕਾਲੀ ਦਲ ਦੇ ਆਗੂ ਨੇਤਾ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪੰਜਾਬ ਬਿਜਲੀ ਸਰਪ੍ਰਸਤ ਸੂਬਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਤੇ ਵਪਾਰੀਆਂ ਨੂੰ 10 ਰੁਪਏ ਪ੍ਰਤੀ ਯੂਨਿਟ ਦੇ ਕੇ ਉਹਨਾਂ ਦੀ ਜੇਬ ਤੇ ਸਰਕਾਰ ਦੁਆਰਾ ਡਾਕਾ ਮਾਰਿਆ ਜਾ ਰਿਹਾ ਹੈ ਤੇ ਉਹਨਾਂ ਕੀਮਤਾਂ ਘੱਟ ਨਾ ਕਰਨ ਤੇ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ। ਅੱਜ ਪੰਜਾਬ ਸਰਕਾਰ ਦਾ ਸਿਆਪਾ ਕਰਨ ਵਾਸਤੇ ਆਏ ਲੋਕ ਸਾਡੇ ਹੱਸ ਰਹੇ ਆ ਵੀ ਗਲੇ 'ਚ ਮੀਟਰ ਦੇ ਹੱਥਾਂ 'ਚ ਪੱਕੀਆਂ, ਕਿਉਂ ਕੈਪਟਨ ਸਾਹਿਬ ਨੇ ਸਾਨੂੰ ਹੱਸੋ ਹੀ ਨਹੀਂ ਸਥਿਤੀ 'ਚ ਫਸਾਤਾ, ਕਿਉਂਕਿ ਪੁਰਾਣਾ ਜ਼ਮਾਨਾ ਲਿਆਂਦਾ ਲਾਈਟ ਦੇ ਨਹੀਂ ਰਹੇ, ਜਿਹੜੀ ਅਕਾਲੀ ਭਾਰਤੀ ਜਨਤਾ ਪਾਰਟੀ ਵੇਲੇ ਲਾਈਟ ਸਰਪਲ ਸੀ। ਅੱਜ ਵਪਾਰੀ ਰੋ ਰਿਹਾ, ਯਾਦ ਕਰ ਰਿਹਾ ਪੁਰਾਣੀ ਸਰਕਾਰ ਨੂੰ, ਪਰ ਇਹਨਾਂ ਦੇ ਜੂ ਨਹੀਂ ਰਹਿ ਗਈ। ਅੱਜ ਇਹਨਾਂ ਨੂੰ ਜਗਾਉਣ ਵਾਸਤੇ ਆ ਗਲੇ 'ਚ ਮੀਟਰ ਪਾਏ ਆ, ਕਿਉਂ ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀ ਬੰਦੇ ਦੇ ਅੰਦਰੋਂ ਵੀ ਪਾਵਰ ਨਿਕਲਦੀ ਆ, ਵਿਗਿਆਨ ਵੀ ਕਹਿੰਦਾ ਬੰਦੇ ਦੇ ਅੰਦਰ ਪਾਵਰ ਨਿਕਲਦੀ ਆ, ਅਤੇ ਅਸੀਂ ਕਿਹਾ ਵੀ ਕੈਪਟਨ ਸਾਹਿਬ ਦੇ ਖਜ਼ਾਨੇ ਖਾਲੀ ਆ ਵੀ ਸ਼ਾਇਦ ਸਾਡੇ ਵੀ ਮੀਟਰ ਬੰਦੇ 'ਤੇ ਲਗਾ ਦਿੱਤਾ ਜਾਵੇ ਤਾਂ ਜੋ ਇਹ ਇਹਨਾਂ ਦੇ ਖਜ਼ਾਨੇ ਭਰ ਸਕਣ। ਸਿੱਧੂ ਸਾਹਿਬ ਮਹਿਕਮਾ ਸੰਭਾਲਣ ਨੂੰ ਤਿਆਰ ਨਹੀਂ, ਅਸਤੀਫਾ ਦੇਣ ਨੂੰ ਤਿਆਰ ਨਹੀਂ, ਇਹਨਾਂ ਨੂੰ ਆਪਣੀਆਂ ਮੁੱਖ ਮੰਤਰੀ ਦੀਆਂ ਕੁਰਸੀਆਂ ਚਾਹੀਦੀਆਂ, ਕੈਪਟਨ ਸਾਹਿਬ ਆਨੰਦ ਮਾਣ ਰਿਹਾ, ਉਹਨਾਂ ਦਾ ਸਿਆਪਾ ਕਰਨ ਵਾਸਤੇ ਇਕੱਠੇ ਆਇਆ, ਤਦ ਤੱਕ ਸਿਆਪਾ ਕਰਦੇ ਰਹਾਂਗੇ ਜਦ ਤੱਕ ਸਾਨੂੰ ਇਹ ਬਿਜਲੀ ਸਸਤੀ ਨਹੀਂ ਦਿੰਦੇ। ਨਾਲ ਦੀਆਂ ਸਟੇਟਾਂ 'ਚ ਅੱਧੇ ਅੱਧੇ ਰੇਟ 'ਤੇ ਚੌਥੇ ਚੌਥੇ ਰੇਟ 'ਤੇ ਬਿਜਲੀ ਮਿਲ ਰਹੀ ਆ, ਪਰ ਪੰਜਾਬ ਸਰਕਾਰ ਤੋਂ ਨਿਕਲ ਕੇ ਬਿਜਲੀ ਧੱਕਾ ਕਰ ਰਹੇ। ਦੇਖੋ ਬਿਜਲੀ ਇੰਡਸਟਰੀ ਨੂੰ 5 ਰੁਪਏ ਯੂਨਿਟ ਕਿਹਾ ਸੀਗਾ, ਅਸੀਂ ਵੈਸੇ ਤਾਂ 2.5 ਰੁਪਏ ਬਾਹਰ ਦੀਆਂ ਸਟੇਟ ਚੱਲ ਰਹੇ ਸੀ, ਕਹਿੰਦੇ 5 ਰੁਪਏ ਤਾਂ ਦੇਣ, ਪਰ ਸਰਕਾਰ ਧੱਕਾ ਕਰ ਰਹੀ ਹੈ। 5 ਰੁਪਏ ਦੀ ਜਗ੍ਹਾ 'ਤੇ 10 ਸਾਢੇ 10 ਰੁਪਏ ਚੱਲ ਰਹੀ ਹੈ, ਪਹਿਲਾਂ 6 ਰੁਪਏ ਮਿਲ ਰਹੀ ਸੀਗੀ। ਇਹ ਲੋਟਰੀ ਸਰਕਾਰ ਮੀਟਰ ਤਾਂ ਗਲੇ 'ਚ ਪਾਏ ਆ ਵੀ ਸਾਡੇ ਗਲੇ 'ਚ ਵੀ ਪੱਕੇ ਮੀਟਰ ਫਿੱਟ ਕਰ ਦਿਓ, ਤਾਰਾਂ ਲਾ ਦਿਓ ਤਾਂ ਜੋ ਜਿਹੜੀ ਬਿਜਲੀ ਨਿਕਲੂਗੀ ਉਹਦਾ ਵੀ ਮੀਟਰ ਲਾ ਦੇਣ, ਸਾਡੇ ਕੋਲ ਟੈਕਸ ਲੈ ਲੈਣ, ਪਰ ਸਾਨੂੰ ਖਰਾਬ ਨਾ ਕਰਨ, ਬੱਚੇ ਸਾਡੇ ਰੋਣ ਨਾ ਦੇਣ, ਕਿਉਂਕਿ ਸਾਡੇ ਵਪਾਰ ਬੰਦ ਹੋਣ ਦੇ ਆ। ਨੀਲ ਨਾਰਾ ਜਨ ਸ਼ਕਤੀ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਅੱਜ ਪੰਜਾਬ ਭਰ ਦੇ ਅੰਦਰ ਅਸੀਂ ਸਿਲਸਿਲਾ ਕੀਤਾ ਹੋਇਆ ਕਿ ਪ੍ਰਦਰਸ਼ਨ ਕਰਾਂਗੇ ਸਰਕਾਰ ਦੀ ਬਿਜਲੀ ਵਿਰੋਧੀ ਵਪਾਰ ਵਿਰੋਧੀ ਨੀਤੀਆਂ ਦੇ ਖਿਲਾਫ਼। ਅੱਜ ਪੂਰੇ ਦੇਸ਼ ਦੇ ਅੰਦਰ ਬਿਜਲੀ ਰੇਟ ਘੱਟ ਨੇ, ਹਿਮਾਚਲ 'ਚ, ਜੰਮੂ ਕਸ਼ਮੀਰ 'ਚ, ਹਰਿਆਣਾ, ਦਿੱਲੀ, ਸਭ ਰੇਟ ਘੱਟ ਨੇ। 5 ਰੁਪਏ ਦਾ ਵਾਅਦਾ ਜਿੱਤ ਕੇ ਕਹਿ ਕੇ ਸਾਨੂੰ ਛੱਡਿਆ ਗਿਆ ਹੈ। ਅੱਜ ਬਿਜਲੀ 10, 11, 12 ਰੁਪਏ, ਉਹ ਵੀ ਬਿਜਲੀ ਨਹੀਂ ਹੈ, 100-100 ਵਾਰੀ ਬਿਜਲੀ ਜਾ ਰਹੀ ਹੈ, ਬਿਜਲੀ ਦਾ ਆਉਣ ਦਾ ਨਹੀਂ ਪਤਾ, ਬਿਜਲੀ ਦਾ ਜਾਣ ਦਾ ਨਹੀਂ ਪਤਾ। ਘਰ ਪਰੇਸ਼ਾਨ ਨੇ, ਵਪਾਰੀ ਪਰੇਸ਼ਾਨ ਨੇ, ਸ਼ਹਿਰੀ ਪਰੇਸ਼ਾਨ ਨੇ, ਲੋਕ ਪਰੇਸ਼ਾਨ ਨੇ। ਅੱਜ ਹਾਈ ਕੋਰਟ ਨੇ ਵੀ ਸਰਕਾਰ ਨੂੰ ਕਿਹਾ ਹੈ